ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਅੱਜ ਆਪਾਂ ਇਸ ਵੀਡੀਓ ਦੇ ਅੰਦਰ ਜਮਾਤ 8ਵੀਂ ਵਾਲਿਆਂ ਦਾ ਜਿਹੜਾ ਕਿ ਸਾਇੰਸ ਵਿਸ਼ੇ ਦੇ ਇੰਪੋਰਟੈਂਟ ਕੁਐਸਚਨ ਨੇ ਪ੍ਰੀ ਬੋਰਡ ਦੇ ਰਿਲੇਟਡ ਆਪਾਂ ਉਹ ਦੇਖਾਂਗੇ ਮੋਸਟ ਇੰਪੋਰਟੈਂਟ ਕੁਐਸਚਨ ਨੇ ਵਿਦ ਸੋਲੂਸ਼ਨੇ ਵੀਡੀਓ ਤਾਜਨ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਰ ਵੀਡੀਓ ਤੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਚਲੋ ਆਪਾਂ ਸਟਾਰਟ ਕਰਦੇ ਹਾਂ ਸਾਇੰਸ ਦਾ ਪੇਪਰ ਇੰਪੋਰਟੈਂਟ ਕੁਐਸਚਨ ਨੇ ਸਿਰਫ ਚੰਗੀ ਤਰ੍ਹਾਂ ਇਹ ਵਾਲੇ ਜ਼ਰੂਰ ਪੜ੍ਹ ਕੇ ਜਾਓ ਤਾਂ ਜੋ ਤੁਹਾਡਾ ਜਿਹੜਾ ਪੇਪਰ ਹੈ ਵਧੀਆ ਤਰੀਕੇ ਦਾ ਹੋ ਜਾਵੇ ਤਾਂ ਆਪਾਂ ਪਹਿਲਾ ਕੁਐਸਚਨ ਦੇਖਦੇ ਹਾਂ ਫਰਸਟ ਕੁਐਸਚਨ ਹੈਗਾ ਡਿਫਾਈਨ ਫਿਜ਼ੀਕਲ ਚੇਂਜ ਇਨ ਟੂ ਐਗਜ਼ਾਮਪਲ ਠੀਕ ਹੈ ਨੈਕਸਟ ਹੈਗਾ ਵਾਟ ਇਜ਼ ਕੰਟੈਮੀਨੇਸ਼ਨ ਐਂਡ ਵਾਟ ਇਜ਼ ਡੀਫੋਰੈਸਟੇਸ਼ਨ ਪਹਿਲਾਂ ਮੈਂ ਕੁਐਸਚਨ ਦੇਖ ਲੈਂਦੀ ਆ ਫਿਰ ਬਾਅਦ ਚ ਮੈਂ ਤੁਹਾਨੂੰ ਆਨਸਰ ਦਿਖਾਉਂਗੀ ਐਕਸਪਲੇਨ ਕੈਮੀਕਲ ਚੇਂਜ ਵਿਦ ਟੂ ਐਗਜ਼ਾਮਪਲ ਤਾਂ ਇਹ ਬੱਚੇ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹਨਾਂ ਨੂੰ ਛੱਡ ਕੇ ਨਾ ਜਾਇਓ ਵੀਡੀਓ ਨੂੰ ਸਕਿਪ ਨਾ ਕਰਿਓ 1 ਮਿੰਟ ਦੀ ਵੀ ਵੀਡੀਓ ਸਕਿਪ ਨਾ ਕਰਿਓ ਚਲੋ 2 ਮਾਰਕਸ ਕੁਐਸਚਨ ਜਿਹੜੇ 1 ਤੋਂ 4 ਨੇ ਮੈਂ ਤੁਹਾਨੂੰ ਬੋਲ ਦਿੱਤੇ ਨੇ ਹੁਣ ਆਪਾਂ ਉਹਨਾਂ ਦੇ ਆਨਸਰ ਦੇਖਦੇ ਹਾਂ ਠੀਕ ਹੈ ਬੱਚੋ ਤਾਂ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰ ਲਓ ਪੰਜਾਬੀ ਮੀਡੀਅਮ ਵਾਲੇ ਪੰਜਾਬੀ ਮੀਡੀਅਮ ਦੇ ਵਿੱਚ ਵੀ ਇਹ ਪੇਪਰ ਹੈਗਾ ਹੈ ਤਾਂ ਪਹਿਲਾਂ ਹੈਗਾ ਭੌਤਿਕ ਪਰਿਵਰਤਨ ਨੂੰ ਉਦਾਹਰਨ ਦੇ ਕੇ ਸਮਝਾ ਉਨ नेक्स्ट ਹੈਗਾ ਜੀਵਨ ਨਿਮਨ ਕਰਨ ਕੀ ਹੁੰਦਾ ਹੈ ਵਣ ਕਟਾਈ ਕੀ ਹੁੰਦੀ ਹੈ ਰਸਾਇਣਿਕ ਪਰਿਵਰਤਨ ਕੀ ਹੈ ਤੇ ਕੋਈ ਦੋ ਉਦਾਹਰਨਾ ਦੇ ਕੇ ਸਮਝਾਓ ਚਲੋ ਨੈਕਸਟ ਨੂੰ ਦੇਖਦੇ ਹਾਂ सैंस पेपर डिफाइन फिजिकल चेंज चेंज इन फिजिकल प्रॉपर्टीज लाइक स्टेट लेंथ पोजिशन कलर शेप असैक्ट्रा इज नोन एज अ फिजिकल चेंज तो नैक्सट क्वेश्चन वट इज़ कॉन्टेनमीनेशन कॉन्टेनमीनेशन मीनस द एक्शन और स्टेट मेकिंग और बीइंग मेड इम्प्रू इम बाय पोल्यूशन पॉइजनिंग ठीक है नैक्सट है वट इज़ डिफोरैसटेन कटिंग ऑफ ट्रीज इन लार्ज अमाउंट इज कॉल्ड डिफोरैसटेन तो इन डिफोरैसटेन किया जाता है नैक्स क्वेश्चन हैगा एक्सप्लेन कैमिकल chemical change with two example a change in which one or more new substance are formed is called chemical change ਠੀਕ ਹੈ ਇਹ ਚਾਰ ਕੁਐਸਚਨ ਸੀਗੇ 2 2 ਮਾਰਕਸ ਦੇ ਨੈਕਸਟ ਆਪਾਂ ਦੇਖਦੇ ਹਾਂ ਹੁਣ ਨੈਕਸਟ ਕੌਨ ਸਾ ਹੈਗਾ 3 ਮਾਰਕਸ ਦੇ ਕੁਐਸਚਨ ਹੈਗੇ ਆ ਵਾਟ ਇਜ਼ ਸੀਵੇਜ ਐਕਸਪਲੇਨ ਵਾਈ ਇਟ ਇਜ਼ ਹਾਰਮਫੁਲ ਟੂ ਡਿਸਚਾਰਜ ਅਨਟ੍ਰੀਟਿਡ ਸੀਵੇਜ ਇਨਟੂ ਰਿਵਰਸ ਔਰ ਸੀਜ਼ ਠੀਕ ਹੈ ਨੈਕਸਟ ਹੈਗਾ ਐਕਸਪਲੇਨ ਹਾਊ ਫੋਰੈਸਟ ਪ੍ਰੀਵੈਂਟ ਫਲੱਡ ਨੈਕਸਟ ਹੈਗਾ ਹਾਊ ਟੂ ਪੇਂਟਿੰਗ ਆਫ ਆਇਰਨ ਆਬਜੈਕਟ ਪ੍ਰिवेंट ਇਟ ਫਰੋਮ ਰਸਟਿੰਗ ਕਿ ਜਿਹੜਾ ਸੀ ਆਇਰਨ ਨੂੰ ਪੇਂਟ ਕਰਦੇ ਆ ਤਾਂ ਜੰਗ ਲੱਗਣ ਤੋਂ ਕਿਵੇਂ ਬਚਾਉਂਦਾ ਹੈ ਨੈਕਸਟ ਹੈਗਾ ਹੈ ਹਾਰਮਫੁਲ ਇਫੈਕਟ ਆਫ ਡੀਫੋਰੈਸਟੇਸ਼ਨ ਤਾਂ ਹਾਰਮਫੁਲ ਫੈਕਟ ਦੱਸਣੇ ਡੀਫੋਰੈਸਟੇਸ਼ਨ ਦੇ ਅੱਗੇ ਹੈਗਾ ਐਡਵਾਂਟੇਜ ਆਫ ਫੋਰੈਸਟੇਸ਼ਨ ਐਡਵਾਂਟੇਜਸ ਨੇ ਆਫ ਫੋਰੈਸਟੇਸ਼ਨ ਦੀ ਹੈ ਚਲੋ ਹੁਣ ਆਪਾਂ ਇਹਨਾਂ ਦੇ ਆਨਸਰ ਦੇਖਦੇ ਆ ਤਾਂ 3 ਮਾਰਕਸ ਕੁਐਸਚਨ ਦਾ ਜਿਹੜਾ ਫਰਸਟ ਹੈਗਾ ਹੈ ਵਾਟ ਇਜ਼ ਦੀ ਸੀਵੇਜ ਐਕਸਪਲੇਨ ਵਾਈਟ ਇਟ ਇਜ਼ ਹਾਰਮਫੁਲ ਟੂ ਡਿਸਚਾਰਜ Or seas. The sewage is a waste water that contains dissolved and suspended solid impurity. Discharge untreated sewage into rivers or seas will pollute the water resources next i explain how forest prevents food. plants in forest will not allow the rain water to fall directly on the earth and their plants allow hold water which is in prevent floods. Okay? next how painting of iron prevent it from rusting. rusting of iron painting of iron prevent it from rusting. the next harmful effect of deforestation. the harmful effect increase in global warming, soil erosion, ਫਲੱਡਸ ਇਨਕਰੀਸ ਇਨ ਗ੍ਰੀਨ ਹਾਊਸ ਗੈਸ ਇਮੇਜਨ ਤੇ ਐਸਿਡਿਕ ਓਕੇ ਇਸ ਠੀਕ ਹੈ ਅਗੇ ਨੈਕਸਟ ਹੈਗਾ ਐਡਵਾਂਟੇਜ ਦਸਨੀ ਆਫਰੈਸਟੇਸ਼ਨ ਦੀ ਫਲੱਡ ਕੰਟਰੋਲ ਹੋ ਜਾਂਦਾ ਹੈ ਕੰਟਰੋਲ ਆਫ ਰੇਨ ਫੋਫ ਹੋ ਜਾਂਦੀ ਹੈ ਇਨਫਲੂਐਂਸ ਆਫ ਕਲਾਈਮੇਟ ਹੋ ਜਾਂਦਾ ਹੈ ਨੋਇਸ ਹੋ ਜਾਂਦੀ ਹੈ ਤੇ ਰਿਮੂਵਲ ਆਫ ਪਲੂਟੈਂਟਸ ਨੈਕਸਟ ਦੇਖਦੇ ਹਾਂ ਬੱਚੇ ਹੁਣ ਨੈਕਸਟ ਕੁਐਸਚਨ ਕਿਹੜੇ ਨੇ ਉਸ ਤੋਂ ਬਾਅਦ ਲੌਂਗ ਕੁਐਸਚਨ ਆ ਜਾਂਦੇ ਆ ਕਲਾਸੀਫਾਈ ਦੀ ਚੇਂजेस ਇਨਵੋਲਡ ਇਨ ਦੀ ਫੋਲੋਇੰਗ ਪ੍ਰੋਸੈਸ ਐਸ ਫਿਜ਼ੀਕਲ ਐਂਡ ਕੈਮੀਕਲ ਚੇਂਜ ਫੋਟੋਸਿੰਥੇਸਿਸ ਜਿਸਾ ਨਾ ਬਰਨਿੰਗ ਆਫ ਕੋਲ ਜਿਸਾ ਨਾ ਮੈਲਟਿੰਗ ਵੈਕਸ ਯਾ ਡਾਈਜੈਸ਼ਨ ਆਫ ਫੂਡ ਯਾ ਤਾਂ ਕਹਿੰਦੇ ਡਿਫਾਈਨ ਫਿਜ਼ੀਕਲ ਚੇਂਜ ਕੈਮੀਕਲ ਚੇਂਜ ਤੇ ਕ੍ਰਿਸਟਲ ਆਫ ਕਾਪਰ ਸਲਫੇਟ ਵਾਟ ਇਜ਼ ਡੀਕੰਪੋਜ਼ਿਟਸ ਐਂਡ ਨੇਮ ਦੀ ਟੂ ਆਫ 뎀 ਅਗੇਟ ਟਿਸ ਸੋਇਲ ਇਰੋਜਨ ਠੀਕ ਹੈ ਨੈਕਸਟ ਹੈਗਾ ਯ ਫਾਈ ਪ੍ਰੋਡਕਟ ਵੀ ਗੈਟ ਫਰਮ ਫੋਰੈਸਟਰੀ ਵਾਇਰ देयर ਇਜ਼ ਨੋ ਵਾਟਰ ठीक है तो नैक्सट हूँ क्वेश्चन देखते हैं आप डिफाइन फिजिकल चेंज वाला किया हो चेंज इन फिजिकल प्रॉपर्टीज़ लाइक स्टेट फर्स्ट क्वेश्चन उद्दा अगर डिफाइन कैमिकल चेंज आ चेंज इन विच वन और मोस्ट सबसांड आर फॉर्मड इज कॉल्ड कैमिकल चेंज नैक्सट हैगा हाउ क्रिस्टल ऑफ कॉपर सल्फेट आर प्रिपेयर्ड एंड क्रिस्टलाइजेशन इज द प्रोसैस बाय विच वी कैन ओबेन क्रिस्टल ऑफ कॉपर सल्फेट एंड वट इज़ सोयल इरोजन The washing away of the top layer of uh, soil by the action of floods, winds, storms and mining sector is called soil erosion. Again list 5 properties we get from forest, Germ, Paper, Medicines, Spice and Wood. Take next, like, uh, what is slug and how it is treated? Slug is a solid material that settles at the bottom of uh, a and slug is collected and decomposed using an, an uh, anaerobic bacterium ਠੀਕ ਹੈ ਤਾਂ ਇਹ ਬੱਚਿਓ ਤੁਹਾਡਾ ਜਿਹੜਾ ਕੀ ਪੇਪਰ ਸੀਗਾ ਸਾਇੰਸ ਦਾ ਤੇ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਦੇ ਹੋ ਤੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤੁਹਾਡੇ ਪ੍ਰੀਬੋਰਡ ਦੇ ਲਈ ਮੋਸਟ ਇੰਪੋਰਟੈਂਟ ਕੁਐਸਚਨ ਸੀਗੇ ਇੰਪੋਰਟੈਂਟ ਕੁਐਸਚਨ ਸੀਗੇ ਬੱਚਿਓ ਠੀਕ ਹੈ ਪੇਪਰ ਨਹੀਂ ਸੀਗਾ ਤੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ